ਮੇਰੀ ਸਹਿਣ ਦਾ ਵੇੜਾ ਵਸੇ, ਸਦੀਆਂ ਦੇ ਬੰਨ ਜੰਦਰੇ ਸਾਦਾਤ ਦੇ ਘਰਾਂ ਦੇ ਲਹਿ ਪੋਵਨ, ਨਿਖੜੀ ਭੈਣ ਬੇਰਾ ਦਾ ਭਲੂ ਮੱਧੇ, ਬਾਰਾਤ ਅਲੀ ਅਕਬਰ ਦੀ ਵਤਨ ਤੇ ਵੱਲੇ, ਅੱਜ ਦੀ ਨੀਂਦ ਸਦਕਾ, ਅੱਜ ਦੀ ਰਾਤ ਦਾ ਸਦਕਾ, ਬਰਵੇਂ ਸ਼ਹਿਨਸ਼ਾਹ ਦਾ ਜਲਦੀ ਜ਼ਹੂਰ ਹੋਵੇ। 8 ਰਬੀਉਲ ਅਵਲ ਦੀ ਰਾਤ ਪਈ ਆਉਂਦੀ ਏ, ਜਵਾਨ ਪਿਓਏ ਜ਼ਹਿਰ ਮਿਲੀ ਹੋਈ ਏ, 5 ਸਾਲ ਦਾ ਸ਼ਹਿਜ਼ਾਦਾ ਏ, ਜਿਹਦੀ ਵਜ੍ਹਾ ਤੋਂ ਦੁਨੀਆ ਪੇ ਚੱਲਦੀ ਏ, ਬਾਬੇ ਦੇ ਸੀਨੇ 'ਤੇ ਝਣਾ ਹੋਏ, ਪਿਓ ਅੱਖੀਂ 'ਤੇ ਬੋਸਾ ਦੇ ਕੇ ਆਦਾ ਪਏ, ਮੇਰੇ ਬਾਦ ਰਾਤ ਥੋੜ੍ਹਾ ਰੋਵੇਂ, ਤਾਂ ਕਈ ਸਦੀਆਂ ਤੱਕ ਪਰਦੇ 'ਚ ਬਾਹਣਾ ਹੈ। 3 ਸਾਢੇ 3 ਸਾਲ ਦੀ ਧੀਏ, ਇਹ ਹਿੱਲੇ ਮੁਕੱਦਸ ਤੋਂ ਬਹਿਰ ਨਾ, ਬੀਬੀ ਪਾਕ ਦੀ ਮਜ਼ਾਰ ਹੈ, 12ਵੇਂ ਸ਼ਹਿਨਸ਼ਾਹ ਦੇ ਬਾਬੇ ਦੇ ਟੁਰਨ ਤੋਂ ਬਾਅਦ ਨਾ, ਬੀਬੀ 6 ਮਹੀਨੇ ਹਿੱਲੇ ਮੁਕੱਦਸ 'ਚ ਗੁਜ਼ਾਰਨ। ਹੁਣ ਜ਼ਬਾਰ ਵਹਿੰਦੇ ਨੇ ਸਲਾਰ ਪਤਾ ਨਹੀਂ ਪੈਸਿਆਂ ਦੀ ਤਰਫੋਂ ਨਹੀਂ ਗਿਣ ਵਹਿੰਦੇ, ਖਬਰ ਟਾਈਮ ਨਹੀਂ ਬਚਦਾ, ਮਜ਼ਾਰ ਮੌਜੂਦ ਹੈ ਜਿੱਥੇ ਬੀਬੀ 6 ਮਹੀਨੇ ਗੁਜ਼ਾਰਨ। ਇਹ ਮਾਸੂਮਾ ਸੈਣ ਇਵੇਂ ਰੋਂਦੇ ਹਨ ਜਿਵੇਂ ਸ਼ਾਮ ਦੇ ਜ਼ਿੰਦਾਨ 'ਚ ਮਾਸੂਮਾ ਸੈਣ ਬਾਬੇ ਕੋਲ ਰੋਂਦੇ ਹਨ। ਬਾਬੇ ਦਾ ਹਿਜਰ ਮੁਕਾ ਗਿਆ, ਬੀਬੀ ਦੀ ਜ਼ਿੰਦਗੀ ਮੁੱਕ ਗਈ। ਹੋ ਸਕਦਾ ਇਹ ਗੱਲਾਂ ਕੋਈ ਨਾ ਪੜ੍ਹੇ ਜਿਹੜੀਆਂ ਮੈਂ ਪੜ੍ਹ ਰਿਹਾ। ਬੀਬੀ ਕੋਲ ਗੁਸਲ ਕਫਨ ਮਿਲਿਆ, 5 ਸਾਲ ਦਾ ਸ਼ਹਿਜ਼ਾਦਾ ਹੈ ਤੁਹਾਡਾ ਵਲੀ ਹੈ ਜ਼ਮਾਨਾ, ਭੈਣ ਦਾ ਜਨਾਜ਼ਾ ਚ ਸ਼ਾਮ ਦਾ ਮੌਕੀ ਤੇ ਸਾਦਾ ਡਾਡਾ ਸਜਾਦ ਤੇ ਕੋ ਹੌਸਲੇ ਦੇਵਣ ਵਾਲਾ ਹਾਈ, ਮੇਰੀ ਇਕੱਲੀ ਅਮਲੀ ਹੈ, ਨਾ ਮੇਰੇ ਨਾਲ ਕੋਈ ਜਨਾਜ਼ਾ ਚਮਾਵਣ ਵਾਲਾ ਹੈ। ਜਿਹੜੇ ਛੋਟੀਆਂ ਵਹਿਣੀ ਤੇ ਬਿਰਾਰ ਹੁੰਦੇ ਬੈਠੇ ਹੋ, ਜਿਹੜੇ ਵੇਲੇ ਦਫਨ ਕੀਤਾ ਸੀ ਨਾ ਬਾਬਾ, ਤਾਵੀਜ਼ ਕਬਰ ਬੰਦ ਕਰਨ ਲੱਗਾ ਹੈ, ਬੀਬੀ ਦੀ ਆਵਾਜ਼ ਆਉਂਦੀ ਹੈ, ਇੱਕ ਵਾਰੀ ਮੈਂ ਕੋ ਆਖਰੀ ਦਫਾ ਰੱਜ ਕੇ ਚਿਹਰਾ ਦੇਖਣ ਲੇ, ਬੀਬੀ ਆਦੀ ਢਿੱਲ ਨਾ ਲਾਵੇਂ, ਜ਼ਹੂਰ ਕੋ ਜਲਦੀ ਆਵੇਂ, ਤੇਰਾ ਪੱਲੋ ਮੈਂ ਬਧੇ ਸਾਂ। ਦੁਆ ਕਰੋ ਈ ਬੀਬੀ ਦੀਆਂ ਫਰਿਆਦਾਂ ਮੁੱਕਣ, ਇੰਤਜ਼ਾਰ ਦੀਆਂ ਘੜੀਆਂ ਮੁੱਕਣ, ਮੇਰੇ ਮੌਲਾ ਸ਼ਬੀਰ ਦੀ ਨਾਨਕੀ ਨਗਰੀ ਵਸ ਪੋਵੇ, ਮੈਣ ਬੇਰਾ ਸਜਣਾ ਨਾਲ ਜਗਤੇ ਆਬਾਦ ਹੋਵਣ। ਇਹਨਾਂ ਦੁਆਈ ਦਾ ਸਦਕਾ, ਜ਼ਿਕਰੇ ਪਾਕ ਦਾ ਸਦਕਾ, ਬਈ ਗੁਲਾਮ ਰਜ਼ਾ ਦਾ ਸਫੇ ਅਜ਼ਾ ਵਿੱਚ ਆਇਆ ਆਪਣੀ ਬਾਰਗਾਹ 'ਚ ਮਾਲਕ ਕਬੂਲ ਫਰਮਾਵੇ, ਮਾਲਕ ਉਹਨਾਂ ਦੇ ਜੁਮਲਾ ਮਰਹੂਮੀਨ ਦੇ ਦਰਜਾਤ ਬੁਲੰਦ ਫਰਮਾਵੇ, ਮਾਲਕ ਉਹਨਾਂ ਦੇ ਮਾਰ ਰਜ਼ਕੇ 'ਚ ਵਸੀਤਰ ਰਜ਼ਕੇ ਹਲਾਲ ਅਤਾ ਫਰਮਾਵੇ। ਇਜਾਜ਼ਤ ਹੈ ਜ਼ਿਕਰ ਪਾਕ ਸ਼ੁਰੂ ਕਰੀਏ ਬਾਬਾ। ਇਬਤਦਾਏ ਮਜਲਿਸ ਏ, ਬਹਿਰਾ ਦਾ ਢੇਰ ਸਾਰਾ ਹੁਕਮਈ ਵਾਦਾ ਵਫਾ ਹੋ ਗਿਆ, ਕਾਫੀ ਲੰਬਾ ਸਫ਼ਰ ਕਰਕੇ ਤੁਹਾਡੇ ਚਿਹਰਿਆਂ ਦੀ ਜ਼ਿਆਰਤ ਹੋ ਗਈ। ਸ਼ਾਇਰਾ ਦਾ ਜਡਾ ਮੈਂ ਮਰ ਵਣਾ, ਮੇਰੇ ਮੂੰਹ 'ਤੇ ਲਵਾ ਹੈ ਖਾਕ ਕਰਬਲ ਦੀ, ਸਿਆਣੇ ਲੋਕਾਂ 'ਚ ਫੜਾ ਪੜਦਾ ਮਾਂ, ਜਡਾ ਮੈਂ ਮਰ ਵਣਾ, ਮੇਰੇ ਮੂੰਹ 'ਤੇ ਲਵਾ ਹੈ ਖਾਕ ਕਰਬਲ ਦੀ, ਵਜ੍ਹਾ ਕੇ ਯਾਦ ਇਹੋ ਇੱਕੋ ਬਹਾਨਾ ਹੈ ਖੁਦਾ ਕੋ ਮੂੰਹ ਦਿਖਾਉਣ ਦਾ। ਆਬਾਦ ਰਹੋ, ਵਸਦੇ ਰਹੋ, ਜ਼ਿੰਦਗੀਆਂ ਦਰਾਜ਼ ਹੋਵਣ, ਜਿਤਨਾ ਹੋ ਸਕਦਾ ਹੈ ਉਤਨੀ ਉੱਚੀ ਸਲਵਾਤ ਪੜ੍ਹੋ। ਮੈਂ ਜ਼ਿਕਰ ਪਾਕ ਸ਼ੁਰੂ, ਦੇਰ ਸਾਰਾ ਮਜਮੈ ਬਾਵਾ ਜ਼ੇ ਬੁਲੰਦ ਸਲਵਾਤ ਪੜ੍ਹੋ, ਇੱਥੇ ਹੀ ਆਪ ਹੈ। ਔਜ਼ ਬਿੱਲਾ بسم الله الرحمن الرحيم صلوات دبل کرو الحمد لله لله رب العالمين
والصلاه والسلام على اشرف الانبياء والمرسلين صلوات صاحب سيدنا شفينا يا بالقاسم محمد صلى الله عليه وسلم. میں کم از کم 5-6 گھنٹے دے سفر کر کے مجلس تو کو میں روح نال سنویں دا بیاں صلوات تو سہ ہولے ہولے پڑھدے بیٹھے وے والا خیئی و وزیر ہی و خلیفت ہی و ابن امہی امیر المومنین نعرہ حیدری اتھاب ہے بانی مجلس ہیں خیر ہے تو اتھاب آتا ہے کوئی تیرے راد تک قصیدہ سنا ہوا میں پڑھئے قصیدہ اچھا وین جی وے کرے سی میں تے قصیدہ سنا وہاں اچھا جی چلو میں نعرہ مرایا ہے علی بادشاہ دا زبان تے آوے چہرہ کھل ویندا میں اپنے چھوٹے جے ذہن نال سوچا ہے کمزور جیاں ذاکراں مسکین فقیر گداگر پاکاں دے سناخانی کرے نے اجری چہرے تے مسکراہٹ اے حلالی ہون دا ثبوت اے او اس بی بی دا سلام پڑھیے سن دے پیا وے چار گھنٹن دے بعد ولی جو ہے نا سکیاں دیاں نہیں سنیاتا رون دے پیاسے لوگو سکیاں دیاں نہیں سنی او والا او سیدت الجلیلت مخدومت محروم روندی ولی میں میں صدقے دیواں بیٹھا ول ول گڑدا ہے جیندیاں قومتاں ودھ پویں کتنے بچ گئے ہم جنہاں کو گڑدا ہے میں صدقے دیواں چھٹی گئے بدل کے آنکھاں چھٹی گئے نواب دیاں بھیڑا دی بہو مدت طویل دے بعد بیٹھا وال وال گڑدا ہے آیا جینیاں حکومتاں واد پاوے دیاں دے پردے ہوں میں صدقے تھی ول ول گڑدا ہے جیندیاں قومتاں ود پاوے تا رو دے کیوں دے
ਤੇ ਇੱਕ ਵਾਰੀ ਲਫ਼ਜ਼ ਮੇਰੇ ਪਰੋਂ ਆ ਛੁੱਟੀ ਕੈਦ ਅਮੀਰ ਦਿਆਂ ਦੀਆਂ ਪੂਰੇ ਇੱਕ ਸਾਲ ਦੇ ਬਾਅਦ ਬੈਠਾ ਵੱਲ ਵੱਲ ਗਿਣਦਾ ਹੈ ਆਇਆ ਜੀਂਦੀਆਂ ਕੂਮਤਾਂ ਵੱਧ ਪਵੇ ਤਾਂ ਜਿਹੜੇ ਜਵਾਨ ਰੋਂਦੇ ਬੈਠੇ ਹੋ ਜਿਹੜੀਆਂ 12 ਬਚ ਗਈਆਂ ਉਹਨਾਂ ਦੇ ਜਨਾਜ਼ੇ ਵੱਲ ਆਦਾ ਪਿਆ ਸ਼ਬੀਰ ਦੇ ਪੁੱਤਰ ਮਹਾਰੀ ਕੁਆਈ ਭੈਣ ਮਸੂਮਾ ਯਾਦ ਵਾ ਬੈਠਾ ਰੋ ਰੋ ਆਦਾ ਐ ਜ਼ਾਲਿਮ ਕੂੰ ਮੈਂ ਕੋ ਕਿਉਂ ਕੀਤਾ ਕਬੂਲ ਹੈ ਮਜਲਿਸ ਬੈਠੋ ਰੋ ਰੋ ਹਦਾਏ ਜ਼ਾਲਿਮ ਕੂੰ ਮੈਂ ਕੋ ਕਿਉਂ ਕੀਤਾ ਭੈਣਾਂ ਦੇ ਪਰਦੇ ਸਲਾਮਤ ਹੋਣੀ ਚਾਰ ਵਾਰੀ ਜ਼ਾਲਿਮ ਆਖੇ ਵਤਨ ਦੇ ਵੱਲ ਚਲੋ ਮੈਂ ਬਿਸਮਿਲ ਕਰਾਂ ਬਜ਼ੁਰਗ ਛੁੱਟੀ ਕੈਦ ਕੈਦ ਅਬਾਸ ਦੀਆਂ ਸੈਣੀ ਦੀ ਪੂਰੇ ਮਿਰਜ਼ਾ ਭੱਟੀਆਂ ਲਿਆਓ ਇੱਕ ਵਾਰੀ ਮੈਂ ਕੁਝ ਸਾਰੇ ਬੋਲ ਕੇ ਜਵਾਬ ਦਿਓ ਕਹਿ ਕੈਦੀ ਦੀ ਕਹਿ ਛੁੱਟੇ ਖੁਸ਼ ਹੁੰਦਾ ਹੈ ਜਾਂ ਰੋਂਦਾ ਹੈ ਬੋਲੋ ਹਯਾਤੀਓ ਵੀ ਖੁਸ਼ ਹੁੰਦਾ ਹੈ ਕਾਇਨਾਤ ਚੁੱਪ ਲੱਗਦੀ ਹੈ ਵਤਨ ਦਾ ਨਾਮ ਆਉਂਦਾ ਰਤ ਵੱਧ ਵਹਿੰਦੀ ਹੈ ਜ਼ਾਲਿਮਾਂ ਦੇ ਵਤਨ ਦੇ ਵੱਲ ਵਾਂਝ ਮੈਂ ਵਤਨ ਦਾ ਨਾ ਚੈਨਾ ਤੇਰੀ ਰਤ ਵੱਧ ਵਹਿੰਦੀ ਹੈ ਸਯਦਾ ਦਾ ਨਹੀਂ ਰਾਤ ਰੁਕਦੀ ਉਹ ਮੇਰੀਆਂ ਅੱਖੀਆਂ ਚੋਂ ਮੈਂ ਕੀਤਾ ਹੀ ਚੰਮਲ ਦਬਾਏ ਵਾਗਿਆ ਥੀ ਪਾਉਂਦਾ ਮੇਰੀ ਭੈਣ ਦੇ ਜੀਨੇ ਚਾ ਕਰਿਆ ਕੈ ਕੈਦ ਰਿਹਾ ਮਾਤਮ ਸੋਹਣਾ ਲੱਗਦਾ ਹਯਾਤੀ ਹੋਵੇ ਹਯਾਤੀ ਹੌਸਲਾ ਹੌਸਲਾ ਕਿਆ ਥੀ ਪਾਉਂਦਾ ਮੇਰੀ ਭੈਣ ਦੇ ਜੀਨੇ ਚਾ ਕਰਿਆ ਛੁੱਟ ਗਈਆਂ ਕੈਦਾਂ ਮੇਰੇ ਭਰਾ ਦਾ ਹੁਕਮ ਹੈ ਜ਼ਿੰਦਗੀ ਦਾ ਕੋਈ ਪਤਾ ਹੈ ਰੋਵਣ ਵਾਲੇ ਲੋਕਾਂ 120 ਚੁਬਾਰਾਂ ਤੁਸੀਂ ਚੁੱਪ ਕਰ ਗਏ ਹੋ ਕੋਈ ਸੌਖੀਆਂ ਵਾਲੀਆਂ ਹਯਾਤੀ ਦਰਾਦ ਹੋਏ 84 ਚੁਣਾ 53 ਚ ਉਤਰਾ ਹੈ ਬਸ਼ੀਰ ਮਹਾਰਾਜ ਸਿੱਕੀਆਂ ਸ਼ਾਮ ਦੇ ਬਾਹਰੋਂ ਰੁਕ ਗਏ ਮੌਲਾ ਰਸਤੇ ਡੂਬ ਉਹ ਜੜੇ ਬੁੱਢੜੇ ਰੋਂਦੇ ਬੈਠੇ ਹੋ ਤੁਹਾਡੇ ਹਿੱਸੇ ਦਾ ਜੁਮਲਾ ਸਯਦਾ ਦੇ ਕਿਹੜਾ ਰਾਹ ਪਹਿਲਾ ਰਾਹ ਮਦੀਨਾ ਦੂਜਾ ਕਰਬਲਾ ਕਰਬਲਾ ਚੋ ਮਦੀਨਾ ਹੁਕਮ ਹੋਵੇ ਮੈਂ ਕਿਹੜੇ ਰਸਤੇ ਤੇ ਮਹਾਰਾਜ ਸਿੱਕੜੀ ਹੈ ਨਾ ਮਿਰਜ਼ਾ ਭੱਟੀਆ ਲਿਆ ਅੱਜ ਮੌਲਾ ਸਜਾਦ ਨਹੀਂ ਬੋਲਾ ਉਹ ਬੀਬੀ ਦਾ ਵੈਣਾ ਹੈ ਜਿਹਦੀ ਜ਼ਿੰਦਗੀ ਧੁੱਪਾ ਤੇ ਮੁੱਕ ਗਈ ਆਈ ਬੀਬੀ ਆਦੀ ਕੋਲ ਪੁੱਛਦੇ ਕੋਈ ਉਹ ਜੀ ਯਾਰ ਕੋਈ ਨਹੀਂ ਜਿਹੜਾ ਮੇਰੀ ਧੀ ਦੀ ਕਬਰ ਇਹ ਹੋਰ ਹੈ ਕੀਤੀ ਨੇ ਮਰਹਬਾ ਬਿਸਮਿਲਾ ਬਾਬਾ ਬਿਸਮਿਲਾ ਯਾਰ
پیاسے بھی رومن واسطے حیاتی ہوئے دے دا پیاں بچیاں کلو جوان بزرگ ڈھیر بیٹھے رو دے رہا سارے پرسے چاملین بابا تیری چھٹی ڈاڑی دی قسمے آلیا سین دوائن ایوں ایک گر جیوے دھپا تے بہڑا لیا دی آئیا اور جڑے شام دے زوار بیٹھے ہو غریب آلے قبرستان مزہ محبالا کوئی قبر دے سیرا دیو کوئی پوا دیو علی اسگر دی اما نہ سیرا دیو بیٹھیے بھائی جان نہ پوا دیو بیٹھیے قبر نالی میں ستیے جیوے بستے ویلے دھید کٹے بی بی علی بہرا سانے زیور لے مکمل کرا جا جملہ وس دے رہو بھائی وس دے رہو مسافر وطن تے ولے ولے پھر آدھوک میں آو بابا جی آسو تمہیں دکھا وین سناوا سیدی وے دیر ساریاں تواریاں دعاں وے میری زاگری شامل ہیں قبر نال ستیئے بہران ساڑے جینے لہ گئے صاحب ہنر نہیں ہوندا پنی خرائت ہوندی ہے بی بی ادے بہرا نت پوچھدی اے وطن تے گلا وے جوانا دا مجمع جوانا ڈھیر ماتم کیتا ہے بھائی غلام رضا اللہ گوائے میں آدرا نا بابا سچا جی بھیڑ جیڑی غریب ہوئے بھرا کو کہے ڈوکھے چ نہیں دے سکدی پوچھے سما سارے آئے میرا سجاد نہیں آیا قبر والے پاس آواز آئی ہے آیا بیٹھا راتی روندا بیٹھا بیبیاں دی زندگی دراز ہو بھی لوٹ ملی ہے یا کوئی نہ بڑے امام نے دور چائل قبر تے رکھے نا رو رو کے آدھا بیٹھا ہے تے دے دور میں کو آج مل گئے ہیں میں نے دردا دی ماتم ماتم تے دے دور میں کو آج مل گئے ہیں میں نے دردا دی غم خارے جی میں میں نے نال رنی بھیندی لئی تے دا آپ دو شکر سیادہ دے جی بات جی 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 میں میڈے نال نبیدی رہی تینا آپ دو شکر سیادہ دے جیڑے پاچ گئے نی اوے بیٹھے نی تھائے بیٹھے نی ونے تیارے اٹھی مل گھن پچے ہوئے آئیو سجنہ غریب یمنی دور رکھے ماں اولے اولے آواز پی آئی کیوں دور رکھ دے میری کپارو تے ماں